ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ 'ਤੇ, ਅਤੇ ਸਵਾਗਤ ਕਰਦਾ ਸਾਰਿਆਂ ਦਾ ਹੀ ਇੱਕ ਵਾਰ ਫਿਰ ਤੋਂ ਇਸ ਚੈਨਲ 'ਤੇ ਸਾਰਿਆਂ ਦਾ ਜੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਆਈਕੋਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅਸੀਂ ਕੱਲ੍ਹ ਤੋਂ ਜਿਹੜੇ ਟੋਪਿਕਸ ਵਾਈਜ਼ ਰਿਵੀਜ਼ਨ ਕਰਨੀ ਜਿਹੜੀ ਸ਼ੁਰੂ ਕੀਤੀ ਹੈਗੀ ਹੈਗੀ, ਆਸ ਕਰਦਾ ਸਭ ਲਈ ਇੰਟਰਸਟਿੰਗ ਰਹੂਗੀ, ਸਭ ਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲੂਗਾ। ਸੋ ਕੱਲ੍ਹ ਅਸੀਂ ਸਾਡੀਆਂ ਜਿਹੜੀਆਂ ਸੋਧਾਂ ਹੋਈਆਂ ਸੀ ਪ੍ਰਮੁੱਖ ਕੋਨਸਟੀਟਿਊਸ਼ਨ ਦੇ ਵਿੱਚ, ਉਹਦੇ ਬਾਰੇ ਡਿਸਕਸ ਕੀਤਾ ਸੀ। ਅੱਜ ਅਸੀਂ ਗੱਲ ਕਰਾਂਗੇ ਕਿ ਭਾਰਤ ਦੇ ਵਿੱਚ ਜਿਹੜੇ ਬ੍ਰਿਟਿਸ਼ ਗਵਰਨਰ ਜਨਰਲ ਆਏ ਨੇਗੇ, ਯਾਨੀ ਕਿ ਬ੍ਰਿਟਿਸ਼ ਸਰਕਾਰ ਵੱਲੋਂ ਕੁਛ ਜਿਹੜੇ ਵਿਅਕਤੀ ਆਏ ਸੀਗੇ, ਉਹਨਾਂ ਦੀ ਸ਼ੁਰੂਆਤ ਕਦੋਂ ਤੋਂ ਹੋਈ ਹੈ ਔਰ ਕੌਣ ਪਹਿਲਾਂ ਆਇਆ ਹੈ, ਕੌਣ ਬਾਅਦ ਦੇ ਵਿੱਚ ਆਇਆ ਹੈ, ਕਦੋਂ ਆਏ ਨੇ, ਕੀ ਕੰਮ ਕੀਤੇ ਨੇ, ਉਹਨਾਂ ਬਾਰੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਆਸ ਕਰਦਾ ਸਭ ਲਈ ਨੌਲੇਜਫੁੱਲ ਰਹੇਗੀ, ਜਾਣਕਾਰੀ ਭਰਪੂਰ ਰਹੇਗੀ। ਸੋ ਵੀਡੀਓ ਜੇਕਰ ਅੱਛੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ, ਨਾਲ ਹੀ ਸ਼ੇਅਰ ਵੀ ਕਰ ਦਿਆ ਕਰੋ ਫਰੈਂਡ ਸਰਕਲ ਦੇ ਵਿੱਚ। ਸੋ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰੀ ਜਿਹੜੀ ਜਾਣਕਾਰੀ ਉਹ ਮਿਲ ਸਕੇ, ਔਰ ਆਪਣੇ ਸੁਝਾਵ ਜਿਹੜੇ ਦੇਣੇ ਨਾ ਭੁੱਲਿਆ ਕਰੋ ਜੀ। ਸੋ ਸ਼ੁਰੂ ਕਰਦਾ ਇਹਦਾ ਸੈਸ਼ਨ। ਅੱਜ ਦੀ ਇਸ ਟੋਪਿਕ ਦੇ ਵਿੱਚ ਅਸੀਂ ਭਾਰਤ ਵਿੱਚ ਜਿਹੜੇ ਬ੍ਰਿਟਿਸ਼ ਗਵਰਨਰ ਜਨਰਲ ਆਏ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਸੋ ਫਸਟ ਆਈ ਕਿ ਸਭ ਤੋਂ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਗਵਰਨਰ ਜਨਰਲ ਆਇਆ ਉਹ ਹੈ ਲਾਰਡ ਕਲਾਈਵ। ਇਹ 1757 ਤੋਂ ਲੈ ਕੇ 1760 ਤੱਕ ਭਾਰਤ ਦੇ ਵਿੱਚ ਰਿਹਾ ਸੀਗਾ, ਔਰ ਇਸਨੇ ਕੀ ਕੰਮ ਕੀਤੇ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸੋ ਲਾਰਡ ਕਲਾਈਵ ਸੀਗਾ ਜਿਹੜਾ, ਇਹ ਭਾਰਤ ਦੇ ਵਿੱਚ ਕੰਪਨੀ ਦੇ ਕਲਰਕ ਵਜੋਂ ਆਉਣ ਵਾਲਾ ਜਿਹੜਾ ਗਵਰਨਰ ਸੀਗਾ, ਯਾਨੀ ਕਿ ਕੰਪਨੀ ਨੇ ਇਸਨੂੰ ਇੱਕ ਕਲਰਕ ਵਜੋਂ ਭਾਰਤ ਦੇ ਵਿੱਚ ਭੇਜਿਆ ਸੀਗਾ, ਈਸਟ ਇੰਡੀਆ ਕੰਪਨੀ ਨੇ। ਸੋ ਦੂਸਰਾ ਹੈ ਕਿ ਇਹਦੇ ਵਿੱਚ ਭਾਰਤ ਵਿੱਚ ਜਿਹੜਾ ਅੰਗਰੇਜ਼ੀ ਸਮਰਾਜ ਦਾ ਜਿਹੜਾ ਸੰਸਥਾਪਕ ਜਾਂ ਮੋਢੀ, ਵੀ ਅਸੀਂ ਇਹਨੂੰ ਲਾਰਡ ਕਲਾਈਵ ਨੂੰ ਹੀ ਮੰਨਦੇ ਹੈਗੇ ਹਾਂਗੇ, ਇਹਨਾਂ ਨੂੰ ਹੀ ਕਿਹਾ ਜਾਂਦਾ ਹੈਗਾ। ਔਰ ਪਲਾਸੀ ਦੀ ਲੜਾਈ ਦੇ ਵਿੱਚ 1757 ਦੇ ਵਿੱਚ ਜਿਹੜੀ ਹੋਈ ਸੀਗੀ, ਉਸ ਨੂੰ ਜਿੱਤਣ ਵਾਲਾ ਜਿਹੜਾ ਗਵਰਨਰ ਜਨਰਲ ਉਹ ਵੀ ਲਾਰਡ ਕਲਾਈਵ ਹੀ ਹੈਗਾ ਗਾ। ਔਰ ਇਲਾਹਾਬਾਦ ਦੀ ਸੰਧੀ ਵੀ ਲਾਰਡ ਕਲਾਈਵ ਨੇ ਕੀਤੀ ਆ 1765 ਦੇ ਵਿੱਚ, ਔਰ ਬਕਸਰ ਦਾ ਯੁੱਧ ਜਿੱਤਣ ਵਾਲਾ ਵੀ ਜਿਹੜਾ ਗਵਰਨਰ ਜਨਰਲ ਉਹ ਲਾਰਡ ਕਲਾਈਵ ਹੀ ਹੈਗਾ ਗਾ। ਦੋ ਵਾਰ ਬੰਗਾਲ ਦਾ ਜਿਹੜਾ ਸੂਬੇਦਾਰ ਵੀ ਬਣਿਆ ਹੈਗਾ ਗਾ ਇਹ, ਔਰ ਬੰਗਾਲ ਵਿੱਚ ਦੋਹਰੀ ਸ਼ਾਸਨ ਵਿਵਸਥਾ ਜਿਹੜਾ ਲਾਗੂ ਕਰਨ ਵਾਲਾ ਸ਼ਾਸਕ ਵੀ ਲਾਰਡ ਕਲਾਈਵ ਹੈਗਾ ਗਾ, ਔਰ ਅੰਗਰੇਜ਼ ਅਧਿਕਾਰੀਆਂ ਨੂੰ ਨਿੱਜੀ ਵਪਾਰ ਅਤੇ ਤੋਹਫੇ ਲੈਣ 'ਤੇ ਰੋਕ ਲਗਾਉਣ ਵਾਲਾ ਜਿਹੜਾ ਗਵਰਨਰ ਜਨਰਲ ਉਹ ਵੀ ਕੀ ਹੋਣਾ ਗਾ, ਲਾਰਡ ਕਲਾਈਵ। ਇਹਦਾ ਸ਼ਾਸਨ ਜਿਹੜਾ ਰਿਹਾ ਉਹ 1757 ਤੋਂ ਲੈ ਕੇ 60 ਤੱਕ ਰਿਹਾ ਹੈ, ਯਾਨੀ ਕਿ 3 ਸਾਲ ਤੱਕ ਇਹ ਸ਼ਾਸਕ ਇਹ ਰਿਹਾ ਹੈ। ਦੂਸਰਾ ਹੈਗਾ ਜੀ, ਸੋ ਇਸ ਤੋਂ ਬਾਅਦ ਹੈਗਾ ਜੀ ਵਾਰਨ ਸਿਸਟਿੰਗ। ਸੋ ਲਾਰਡ ਕਲਾਈਵ ਜਿਹੜੇ ਨੇ ਉਹ ਦੂਜੀ ਵਾਰ ਇੱਕ ਵਾਰ ਫਿਰ ਗਵਰਨਰ ਜਨਰਲ ਬਣੇ ਸੀਗੇ 1765 ਤੋਂ ਲੈ ਕੇ 1767 ਤੱਕ। ਨੈਕਸਟ ਹੈ ਜੀ ਦੂਸਰੇ ਗਵਰਨਰ ਜਨਰਲ। ਸੋ ਵਾਰਨ ਹੇਸਟਿੰਗ ਜਿਹੜੇ ਦੂਸਰੇ ਗਵਰਨਰ ਜਨਰਲ ਨੇ, ਜਿਹੜੇ ਕਿ 1772 ਤੋਂ ਲੈ ਕੇ 1785 ਤੱਕ ਭਾਰਤ ਦੇ ਵਿੱਚ ਗਵਰਨਰ ਜਨਰਲ ਰਹੇ ਨੇਗੇ। ਸੋ ਇਹਨਾਂ ਦੇ ਕੀ ਕੰਮ ਕੀਤੇ ਨੇ, ਕੀ ਸੋਧਾਂ ਕੀਤੀਆਂ ਨੇ ਉਹਨਾਂ ਬਾਰੇ ਆ। ਸੋ ਫਸਟ ਜਿਹੜੀ ਆ ਜਾਂਦੀ ਹੈ ਕਿ ਇਹਨਾਂ ਨੇ ਕੰਪਨੀ ਦੇ ਲਿਖਾਰੀ ਵਜੋਂ ਜਿਹੜਾ ਭਾਰਤ ਵਿੱਚ ਆਏ ਸੀਗੇ, ਕੰਪਨੀ ਨੇ ਇਸਨੂੰ ਇੱਕ ਲਿਖਾਰੀ ਵਜੋਂ ਭੇਜਿਆ ਸੀ ਕਿ ਭਾਰਤ ਦੇ ਵਿੱਚ ਲਿਖਤਾਂ ਲਿਖਣੀਆਂ ਜਾਂ ਉਸਦੇ ਬਾਰੇ ਸਰਵੇ ਕਰਨਾ, ਇਸ ਤਰ੍ਹਾਂ ਦਾ ਜਿਹੜਾ ਪ੍ਰੋਜੈਕਟ ਲਈ ਭੇਜਿਆ ਸੀਗਾ, ਬਟ ਬਾਅਦ ਦੇ ਵਿੱਚ ਗਵਰਨਰ ਜਨਰਲ ਬਣ ਗਿਆ ਸੀਗਾ। ਸੋ ਦੋਹਰੀ ਸ਼ਾਸਨ ਵਿਵਸਥਾ ਜਿਹੜੀ ਕਿ ਸਾਡੇ ਲਾਰਡ ਕਲਾਈਵ ਨੇ ਲਗਾਈ ਸੀਗੀ, ਉਸ ਨੂੰ ਇਸਨੇ ਖਤਮ ਕਰ ਦਿੱਤਾ ਸੀਗਾ ਵਾਰਨ ਹੇਸਟਿੰਗ ਨੇ। ਔਰ ਬੰਗਾਲ ਵਿੱਚ ਜਿਹੜਾ ਕਲਰਕਾਂ ਦੀ ਨਿਯੁਕਤੀ ਕਰਨ ਵਾਲਾ ਵੀ ਜਿਹੜਾ ਵਾਰਨ ਹੇਸਟਿੰਗ ਸੀਗਾ, ਇਸੇ ਨੇ ਹੀ ਇਸਦੀ ਜਿਹੜੀ ਸਥਾਪਨਾ ਕੀਤੀ ਸੀ ਕਿ ਬੰਗਾਲ ਵਿੱਚ ਜਿਹੜੇ ਕਲੈਕਟਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ, ਉਹਨਾਂ ਨੇ ਨਿਯੁਕਤੀ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਦੀਵਾਨੀ ਅਤੇ ਫੌਜਦਾਰੀ ਅਦਾਲਤਾਂ ਨੂੰ ਦਾ ਨਿਰਮਾਣ ਕਰਨ ਵਾਲਾ ਵੀ ਵਾਰਨ ਹੇਸਟਿੰਗ ਜੀ ਹੈਗਾ ਗਾ। ਲਗਾਨ ਇਕੱਠਾ ਕਰਨ ਦੇ ਲਈ ਠੇਕੇਦਾਰੀ ਵਿਵਸਥਾ ਨੂੰ ਸ਼ੁਰੂ ਕੀਤੀ ਸੀ ਇਸਨੇ, ਔਰ ਜ਼ਿਮੀਂਦਾਰਾਂ ਤੋਂ ਜਿਹੜਾ ਨਿਆਂ ਦਾ ਅਧਿਕਾਰ ਖੋਣ ਵਾਲਾ ਸ਼ਾਸਕ ਆ ਜਿਹੜਾ ਉਹ ਵਾਰਨ ਹੇਸਟਿੰਗ ਜੀ ਹੈਗਾ ਗਾ। ਇਹਨਾਂ ਨੇ ਜਿਹੜਾ ਨਿਆਂ ਹੁੰਦਾ ਸੀ ਉਸ ਨੂੰ ਖਤਮ ਕਰ ਦਿੱਤਾ ਸੀਗਾ ਜ਼ਿਮੀਂਦਾਰਾਂ ਦੇ ਲਈ। ਇਸ ਦੇ ਕਾਰਜਕਾਲ ਵਿੱਚ ਇਹ 1773 ਦੇ ਵਿੱਚ ਰੈਗੂਲੇਟਿੰਗ ਐਕਟ ਜਿਹੜਾ ਪਾਸ ਹੋਇਆ ਸੀਗਾ, ਜਦੋਂ ਵਾਰਨ ਹੇਸਟਿੰਗ ਗਵਰਨਰ ਜਨਰਲ ਸੀਗਾ 1773 ਦੇ ਵਿੱਚ। ਔਰ ਪਹਿਲਾ ਅੰਗਰੇਜ਼ ਮੈਸੂਰ ਯੁੱਧ ਅਤੇ ਦੂਜਾ ਅੰਗਰੇਜ਼ ਮੈਸੂਰ ਯੁੱਧ ਜਿੱਤਣ ਵਾਲਾ ਜਿਹੜਾ ਸ਼ਾਸਕ ਆ ਉਹ ਵੀ ਵਾਰਨ ਹੇਸਟਿੰਗ ਜੀ ਹੈਗਾ ਗਾ।
ਸੋ ਇਹ ਬੋਰਡ ਆਫ ਰੈਵਨਿਊ ਦੀ ਜਿਹੜੀ ਸਥਾਪਨਾ ਵੀ ਇਸੇ ਨੇ ਹੀ ਕੀਤੀ ਸੀਗੀ ਔਰ ਬ੍ਰਿਟਿਸ਼ ਸੰਦ 'ਚ ਇਸ 'ਤੇ ਮਹਾਂਭਿਯੋਗ ਦਾ ਜਿਹੜਾ ਦੋਸ਼ ਇਹਦੇ ਉੱਪਰ ਲਗਾਇਆ ਗਿਆ ਸੀਗਾ ਸੋਰੀ ਸੋ ਸੋਰੀ ਮਿਸਟੇਕ ਹੈ ਮਹਾਂਭਿਯੋਗ ਦਾ ਜਿਹੜਾ ਦੋਸ਼ ਇਸ ਦੇ ਉੱਪਰ ਲਗਾਇਆ ਗਿਆ ਸੀਗਾ ਹੈਦਰ ਅਲੀ ਦਾ ਇਹ ਜਿਹੜਾ ਸਮਕਾਲੀ ਸੀਗਾ ਔਰ ਇਸ ਦੇ ਕਾਰਜਕਾਲ ਵਿੱਚ ਪਿਟਸ ਇੰਡੀਆ ਐਕਟ ਜਿਹੜਾ ਪਾਸ ਹੋਇਆ ਸੀਗਾ ਔਰ ਬੋਰਡ ਆਫ ਕੰਟਰੋਲ ਦੀ ਸਥਾਪਨਾ ਵੀ ਇਸੇ ਦੇ ਕਾਰਜਕਾਲ ਦੇ ਵਿੱਚ ਹੀ ਹੋਈ ਸੀਗੀ ਸੋ ਨੈਕਸਟ ਹੈ ਜੀ ਤੀਸਰੇ ਤੀਸਰਾ ਸੋਰੀ ਕਾਰ ਲਾਰਡ ਕਾਰਨਵਾਲਿਸ ਜਿਹੜਾ ਕਿ 1786 ਤੋਂ ਲੈ ਕੇ 1793 ਤੱਕ ਸ਼ਾਸਕ ਰਿਹਾ ਹੈ ਸੋ ਲਾਰਡ ਕਾਰਨਵਾਲਿਸ ਜਿਹੜੇ ਹੈਗੇ ਨੇ ਉਹ 1786 ਤੋਂ ਲੈ ਕੇ 1793 ਤੱਕ ਰਹੇ ਨੇਗੇ ਭਾਰਤ ਦੇ ਵਿੱਚ ਭਾਰਤ ਵਿੱਚ ਇਹਨਾਂ ਨੇ ਸਿਵਲ ਸੇਵਾਵਾਂ ਜਿਹੜਾ ਸੰਸਥਾਪਕ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਿਵਲ ਸਰਵਿਸ ਚੱਲੀਆਂ ਸੀਗੀਆਂ ਉਹਨਾਂ ਨੂੰ ਸ਼ੁਰੂਆਤ ਜਿਹੜੀ ਉਹ ਲਾਰਡ ਕਾਰਨਵਾਲਿਸ ਨੇ ਕੀਤੀ ਸੀਗੀ ਔਰ ਕਾਰਨਵਲਸ ਕੋਡ 'ਤੇ ਸਥਾਈ ਬੰਦੋਬਸਤ ਨੂੰ ਲਾਗੂ ਕਰਨ ਦੇ ਵਿੱਚ ਵੀ ਇਹਨਾਂ ਦੀ ਹੈਲਪ ਹੋਈ ਹੈ ਔਰ ਸੋਰੀ ਇਹਨਾਂ ਨੇ ਹੀ ਇਸ ਨੂੰ ਜਿਹੜਾ ਲਾਗੂ ਕੀਤਾ ਹੈਗਾ ਕਾਰਨਵਲਸ ਕੋਡ ਐਰ ਸਥਾਈ ਬੰਦੋਬਸਤ ਚੱਲਦੀਆਂ ਫਿਰਦੀਆਂ ਜਿਹੜੀਆਂ ਅਦਾਲਤਾਂ ਸੀਗੀਆਂ ਜਿਹਨੂੰ ਮੋਬਾਈਲ ਜੁਡੀਸ਼ਰੀ ਕਹਿ ਸਕਦੇ ਹੈਗੇ ਹੈਗੇ ਠੀਕ ਹੈ ਉਹਨਾਂ ਦੀ ਜਿਹੜੀ ਵਿਵਸਥਾ ਵੀ ਇਸੇ ਨੇ ਕੀਤੀ ਸੀ ਉਹਦਾ ਜਿਹੜਾ ਸੰਸਥਾਪਕ ਇਹ ਲਾਰਡ ਕਾਰਨਵਲਿਸ ਸੀਗਾ ਕੰਪਨੀ ਦੇ ਅਧਿਕਾਰੀਆਂ ਦੇ ਵਿਅਕਤੀਗਤ ਵਪਾਰ 'ਤੇ ਰੋਕ ਲਗਾਉਣ ਵਾਲਾ ਜਿਹੜਾ ਅਧਿਕਾਰੀ ਸੀਗਾ ਉਹ ਵੀ ਲਾਰਡ ਕਾਰਨਵਲਿਸ ਸੀਗਾ ਔਰ ਚਾਰ ਪ੍ਰਾਂਤਿਕ ਅਦਾਲਤਾਂ ਦਾ ਸੰਸਥਾਪਕ ਵੀ ਲਾਰਡ ਕਲਾਈਵ ਨੂੰ ਕਾਰਨਵਾਲਿਸ ਨੂੰ ਹੀ ਕਿਹਾ ਜਾਂਦਾ ਹੈਗਾ ਅਲੱਗ ਪੁਲਿਸ ਵਿਭਾਗ ਸ਼ੁਰੂ ਕਰਨ ਵਾਲਾ ਅਧਿਕਾਰੀ ਜਿਹੜਾ ਉਹ ਲਾਰਡ ਕਾਰਨਵਲਿਸ ਹੈਗਾ ਔਰ ਪ੍ਰਸ਼ਾਸਨ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਵੀ ਇਸੇ ਵਿਅਕਤੀ ਨੇ ਹੀ ਕੀਤਾ ਸੀਗਾ ਇਸੇ ਸ਼ਾਸਕ ਨੇ ਹੀ ਕੀਤਾ ਸੀਗਾ ਫੌਜਦਾਰੀ ਅਦਾਲਤਾਂ ਵਿੱਚੋਂ ਜਿਹੜਾ ਭਾਰਤੀ ਜੱਜਾਂ ਨੂੰ ਹਟਾਉਣ ਵਾਲਾ ਅਧਿਕਾਰੀ ਵੀ ਇਹੀ ਸੀਗਾ ਲਾਰਡ ਕਾਰਨਵਲਿਸ ਔਰ ਆਪਣੇ ਪ੍ਰਸ਼ਾਸਨਿਕ ਸੁਧਾਰਾਂ ਕਰਕੇ ਸਭ ਤੋਂ ਜਿਹੜਾ ਪ੍ਰਸਿੱਧ ਹੋਇਆ ਸੀਗਾ ਇਹ ਵਿਅਕਤੀ ਟੀਪੂ ਸੁਲਤਾਨ ਦੇ ਵਿਰੁੱਧ ਤੀਜਾ ਅੰਗਰੇਜ਼ ਮੈਸੂਰ ਯੁੱਧ ਜਿੱਤਣ ਵਾਲਾ ਸ਼ਾਸਕ ਵੀ ਲਾਰਡ ਕਾਰਨਵਾਲਿਸ ਹੈਗਾ ਔਰ ਸ਼੍ਰੀ ਰੰਗਪਟਨਮ ਦੀ ਸੰਧੀ ਕਰਨ ਵਾਲਾ ਸ਼ਾਸਕ ਵੀ ਇਹੀ ਹੈਗਾ ਚੌਥਾ ਜੀ ਸੋ ਲਾਰਡ ਵੈਲਜ਼ਲੀ ਸੋ ਇਹ 1798 ਤੋਂ ਲੈ ਕੇ 1805 ਤੱਕ ਜਿਹੜਾ ਭਾਰਤ ਦੇ ਵਿੱਚ ਰਿਹਾ ਹੈਗਾ ਇਸਨੇ ਕੀ ਕੰਮ ਕੀਤੇ ਉਹ ਹੈਗੇ ਸੋ ਇਸਨੇ ਸਹਾਇਕ ਸੰਧੀ ਦਾ ਜਿਹੜਾ ਨਿਰਮਾਤਾ ਇਸਨੂੰ ਕਹਿ ਸਕਦੇ ਹਾਂ ਲਾਰਡ ਵੈਲਜ਼ਲੀ ਔਰ ਟੀਪੂ ਸੁਲਤਾਨ ਨਾਲ ਚੌਥਾ ਅੰਗਰੇਜ਼ ਮੈਸੂਰ ਜੋ ਜਿਹੜਾ 1799 ਵਿੱਚ ਲੜਿਆ ਸੀਗਾ ਉਹ ਇਸ ਨੇ ਹੀ ਲੜਿਆ ਸੀ ਔਰ ਮਰਾਠਿਆਂ ਨਾਲ ਦੂਜਾ ਅੰਗਰੇਜ਼ ਮਰਾਠਾ ਯੋਧੇ ਅਤੇ ਬੇਸਨ ਦੀ ਸੰਧੀ ਕਰਨ ਵਾਲਾ ਸ਼ਾਸਕ ਇਹੀ ਹੈ ਬ੍ਰਿਟਿਸ਼ ਅਧਿਕਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਕਲਕੱਤਾ ਵਿੱਚ ਫੋਰਟ ਵਿਲੀਅਮ ਕਾਲਜ ਦਾ ਜਿਹੜਾ ਸੰਸਥਾਪਕ ਵੀ ਲਾਰਡ ਵੈਲਜ਼ਲੀ ਹੈਗਾ ਸੇ ਭਾਰਤ ਦੇ ਸੀਗੇ ਹੁਣ ਅਸੀਂ ਗੱਲ ਕਰਦੇ ਹਾਂ ਕਿ ਬੰਗਾਲ ਦੇ ਜਿਹੜੇ ਹੋਰ ਗਵਰਨਰ ਜਨਰਲ ਰਹੇ ਨੇਗੇ ਬਟ ਪਹਿਚਾਣ ਉਹਨਾਂ ਦੀ ਰਹੀ ਹੈ ਸੋ ਫਸਟ ਆ ਜਾਂਦਾ ਹੈਗਾ ਸਰ ਜਾਨ ਸ਼ੋਰ ਸੇ 1793 ਤੋਂ ਲੈ ਕੇ 98 ਤੱਕ ਰਹੇ ਹੈਗੇ ਨੇ ਇਹਨਾਂ ਦੇ ਸਮੇਂ ਦੇ ਵਿੱਚ ਚਾਰਟ ਐਕਟ ਜਿਹੜਾ ਉਹ ਪਾਸ ਹੋਇਆ ਸੀ ਚਾਰਟਰ ਐਕਟ ਜਿਹੜਾ ਸੀਗਾ ਉਹ ਪਾਸ ਹੋਇਆ ਸੀਗਾ ਦੂਸਰਾ ਹੈ ਜੀ ਜਾਰਜ ਬਾਲੋ ਜਿਹੜਾ 1805 ਤੋਂ ਲੈ ਕੇ 1807 ਤੱਕ ਰਿਹਾ ਹੈਗਾ ਦਾਸਾਂ ਦੇ ਵਪਾਰ 'ਤੇ ਰੋਕ ਲਗਾਉਣ ਵਾਲਾ ਅਧਿਕਾਰੀ ਸਰ ਜਾਰਜ ਬਾਲੋ ਹੀ ਹੈਗਾ ਔਰ ਵੇਲੋਰ ਵਿਦਰੋਹ 1806 ਨੂੰ ਜਿਹੜਾ ਦਬਾਉਣ ਵਾਲਾ ਸ਼ਾਸਕ ਹੈ ਉਹ ਵੀ ਸਰ ਜਾਰਜ ਬਾਲੋ ਹੀ ਹੈ ਤੀਸਰਾ ਹੈ ਜੀ ਲਾਰਡ ਮਿੰਟੋ ਪਹਿਲਾ ਜਿਹੜਾ ਕਿ 1807 ਤੋਂ ਲੈ ਕੇ 1813 ਤੱਕ ਰਿਹਾ ਹੈਗਾ ਸੋ ਇਸੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀ ਸੰਧੀ ਕੀਤੀ ਸੀ 1816 ਦੇ ਵਿੱਚ ਔਰ 1813 ਦੇ ਵਿੱਚ ਚਾਰਟਰ ਐਕਟ ਨੂੰ ਜਿਹੜਾ ਲਾਗੂ ਕਰਨ ਵਾਲਾ ਅਧਿਕਾਰੀ ਆ ਉਹ ਲਾਰਡ ਮਿੰਟੋ ਪਹਿਲਾ ਹੀ ਹੈ ਸੋ ਚੌਥਾ ਅਧਿਕਾਰੀ ਹੈ ਜਿਹੜਾ ਜੀ ਲਾਰਡ ਹੇਸਟਿੰਗ ਜਿਹੜਾ 1813 ਤੋਂ ਲੈ ਕੇ 1823 ਤੱਕ ਰਿਹਾ ਹੈਗਾ ਔਰ ਇਸਨੇ ਕੀ ਕੰਮ ਕੀਤੇ ਉਹ ਹੈ ਕਿ ਨੇਪਾਲ ਦੇ ਨਾਲ ਸੰਘੋਲੀ ਦੀ ਸੰਧੀ ਜਿਹੜੀ 1816 ਦੇ ਵਿੱਚ ਕੀਤੀ ਗਈ ਸੀ ਉਹ ਲਾਰਡ ਹੇਸਟਿੰਗ ਨੇ ਹੀ ਕੀਤੀ ਸੀ ਪ੍ਰੈਸ 'ਤੇ ਪਹਿਲਾਂ ਜਿਹੜੀ ਰੋਕ ਲੱਗੀ ਹੋਈ ਸੀਗੀ ਉਸ ਨੂੰ ਹਟਾਉਣ ਦੇ ਵਿੱਚ ਜਿਹੜਾ ਲਾਸਟ ਹੇਸਟਿੰਗ ਨੇ ਹੀ ਆਪਣਾ ਕਾਨੂੰਨ ਬਣਾਇਆ ਸੀ ਔਰ ਭੰਡਾਰੀਆ ਦਾ ਜਿਹੜਾ ਦਮਨ ਕਰਨ ਵਾਲਾ ਸ਼ਾਸਕ ਹੈ ਉਹ ਲਾਰਡ ਹੇਸਟਿੰਗ ਜੀ ਹੈਗਾ ਮਰਾਠਿਆਂ ਦੀ ਸ਼ਕਤੀ ਨੂੰ ਖਤਮ ਕਰਨ ਵਾਲਾ ਸ਼ਾਸਕ ਜਿਹੜਾ ਹੈਗਾ ਉਹ ਲਾਰਡ ਹੇਸਟਿੰਗ ਜੀ ਹੈਗਾ ਔਰ ਤੀਜਾ ਅੰਗਰੇਜ਼ ਮਰਾਠਾ ਯੁੱਧ ਜਿੱਤਣ ਵਾਲਾ ਸ਼ਾਸਕ ਲਾਰਡ ਹੇਸਟਿੰਗ ਹੈ ਲਾਸਟ ਜਿਹੜਾ ਪੰਜਵਾਂ ਹੈ ਲਾਰਡ ਐਮ ਹਸਟਰ ਜਿਹੜਾ 1823 ਤੋਂ ਲੈ ਕੇ 1828 ਤੱਕ ਰਿਹਾ ਹੈਗਾ ਇਸ ਦੇ ਕਾਰਜਕਾਲ ਦੇ ਵਿੱਚ ਬੈਰਕਪੁਰਕ ਵਿੱਚ ਜਿਹੜਾ ਸੈਨਿਕ ਵਿਦਰੋਹ ਹੋਇਆ ਸੀ 1826 ਦੇ ਵਿੱਚ ਹੋਇਆ ਸੀਗਾ ਔਰ ਪਹਿਲਾਂ ਅੰਗਰੇਜ਼ ਬਰਮਾ
युद्ध जीतने वाला शासक लॉर्ड एम हस्टर ही है, और यान डुबू की संधि करने वाला शासक भी लॉर्ड एम हस्टर है। सो अज दे इस सैशन के बहुत ही महत्वपूर्ण जिहड़े क्वेश्चन सीगे साडे गवर्नर जनरल नाल संबंधित, पहला पार्ट यह है वो डिस्कस किए गए। आस करदा सब लिए इंट्रस्टिंग रहेंगे, सब ना कुछ नवं सीखने को मिलेगा। सो जेकर वीडियो अच्छी लगी तो लाइक जरूर कर दियो, नाल ही शेयर कर दियो, और जिहड़े विद्यार्थी इस चैनल पर पहली बार आए सो चैनल सबसक्राइब कर लियो। थैंक यू वेरी मच।